ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਦੇ ਨਾਲ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਤੁਸੀਂ ਪੜ੍ਹ ਹੀ ਲਿਆ ਹੋਵੇਗਾ ਕਿ ਤੁਸੀਂ ਦਾਤੇ ਨਹੀਂ ਹੋ। ਦੋਸਤੋ, ਅੱਜ ਦਾ ਇਹ ਵਿਸ਼ਾ ਲੈਣ ਦਾ ਮੁੱਖ ਕਾਰਨ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਅੱਜ ਸਮਝਾਵਾਂਗੇ। ਇਹ ਵੀਡੀਓ ਦਾ ਇਹ ਵਿਸ਼ਾ ਅਸੀਂ ਅੱਜ ਕਿਉਂ ਲਿਆ। ਸੋ ਦੋਸਤੋ, ਅਸੀਂ ਅਕਸਰ ਹੀ ਧਾਰਮਿਕ ਸਥਾਨਾਂ ਦੇ ਉੱਤੇ ਦਾਨ ਕਰਕੇ ਕਹਿੰਦੇ ਹਾਂ ਕਿ ਇਹ ਮੈਂ ਕੀਤਾ ਹੈ, ਜਾਂ ਕਿਸੇ ਗਰੀਬ ਨੂੰ ਦਾਨ ਕਰਕੇ ਕਹਿੰਦੇ ਹਾਂ ਕਿ ਅਸੀਂ ਇਹ ਮੈਂ ਕੀਤਾ ਹੈ। ਸੋ ਦੋਸਤੋ, ਇਸ ਮੈਂ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਹੰਕਾਰ ਨੂੰ ਫੜ ਲੈਂਦੇ ਹਾਂ। ਅਸੀਂ ਆਪਣੇ ਅੰਦਰ ਦੇ ਇੱਕ ਹਉਮੈ ਨੂੰ ਫੜ ਲੈਂਦੇ ਹਾਂ, ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਇਸ ਮੈਂ 'ਚੋਂ ਨਿਕਲ ਨਹੀਂ ਪਾਉਂਦੇ। ਅਸੀਂ ਇਸ ਮੈਂ ਦੇ ਘੇਰੇ ਦੇ ਵਿੱਚ ਫਸਦੇ ਹੀ ਜਾਂਦੇ ਹਾਂ। ਸੋ ਦੋਸਤੋ, ਅੱਜ ਦਾ ਜੋ ਸਾਡਾ ਇਹ ਵਿਸ਼ਾ ਅਸੀਂ ਜੋ ਤੁਹਾਡੇ ਲਈ ਲੈ ਕੇ ਆਏ ਹਾਂ, ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਆਪਣੇ ਭੈਣ ਭਰਾਵਾਂ ਦੋਸਤ ਮਿੱਤਰਾਂ ਨੂੰ ਵੀ ਇਨਵਾਈਟ ਕਰਨਾ ਨਾ ਭੁੱਲਣਾ। ਸੋ ਦੋਸਤੋ, ਜੋ ਇਹ ਵਿਸ਼ਾ ਹੈ, ਤੁਸੀਂ ਦਾਤੇ ਨਹੀਂ ਹੋ। ਦਾਤੇ ਹੋਣ ਤੋਂ ਭਾਵ ਦੇਣ ਵਾਲਾ, ਜੋ ਦੇ ਕੇ ਪਛਤਾਵੇ ਨਾ। ਸੋ ਆਪਾਂ ਕੀ ਕਰਦੇ ਹਾਂ, ਜਦੋਂ ਅਸੀਂ ਮੰਦਰ ਗੁਰਦੁਆਰੇ ਜਾਂਦੇ ਹਾਂ, ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਤਾਂ ਸਾਡੇ ਅੰਦਰ ਇਹ ਕੋਈ ਹਉਮੈ ਆ ਜਾਂਦੀ, ਹੰਕਾਰ ਆ ਜਾਂਦਾ ਹੈ ਕਿ ਮੈਂ ਫਲਾਣੇ ਬੰਦੇ ਦੀ ਮਦਦ ਕੀਤੀ, ਮੈਂ ਫਲਾਣੇ ਥਾਂ ਦਾਨ ਕੀਤਾ। ਇਹ ਇੱਕ ਹੰਕਾਰ ਸਾਨੂੰ ਨਰਕ ਦੇ ਦੀਵਾਰ 'ਤੇ ਲਿਜਾ ਠਲਦਾ ਹੈ। ਇਹ ਹਉਮੈ ਸਾਨੂੰ ਮੈਂ ਦੇ ਦੀਵਾਰ 'ਤੇ ਲਿਜਾ ਠਲਦੀ ਹੈ, ਜੋ ਸਾਡੇ ਲਈ ਬਹੁਤ ਹੀ ਮਾੜੀ ਹੁੰਦੀ ਹੈ। ਜਦੋਂ ਅਸੀਂ ਇਹ ਦਾਨ ਕਰਕੇ ਹਉਮੈ ਨੂੰ ਫੜ ਲੈਂਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਦੂਸਰੇ ਲੋਕਾਂ ਨੂੰ, ਹੋਰ ਜ਼ਰੂਰਤਮੰਦ ਲੋਕਾਂ ਨੂੰ ਤੁੱਛ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇਹ ਸੋਚਣਾ ਸ਼ੁਰੂ ਕਰਦੇ ਨੇ ਕਿ ਮੇਰੇ ਤੋਂ ਬਗੈਰ ਇਹ ਫਲਾਣਾ ਇਨਸਾਨ ਕੁਝ ਵੀ ਨਹੀਂ ਹੈ, ਮੇਰੇ ਤੋਂ ਬਗੈਰ ਸ਼ਾਇਦ ਕਿਸੇ ਦਾ ਕੋਈ ਜੀਵਨ ਨਿਰਵਾਹ ਹੋ ਹੀ ਨਹੀਂ ਸਕਦਾ। ਅਸੀਂ ਇਹ ਸੋਚਦੇ ਹਾਂ ਮਨ ਦੇ ਵਿੱਚ ਕਿ ਮੇਰੇ ਤੋਂ ਬਗੈਰ ਇਸ ਧਾਰਮਿਕ ਸਥਾਨ ਦੇ ਉੱਤੇ ਕੋਈ ਦਾਨ ਹੀ ਨਹੀਂ ਕਰ ਸਕਦਾ। ਇਹ ਮੈਂ, ਇਹ ਹਉਮੈ, ਇਹ ਹੰਕਾਰ ਸਾਨੂੰ ਅੰਦਰੋਂ ਅੰਦਰੀ ਹੋਰ ਜ਼ਿਆਦਾ ਆਪਣੀ ਜਕੜ ਦੇ ਵਿੱਚ ਲੈਂਦਾ ਜਾਂਦਾ ਹੈ, ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਆਪਣੇ ਹੰਕਾਰ ਦੇ ਉਸ ਦਰਦ ਨੂੰ ਸਮਝ ਨਹੀਂ ਪਾਉਂਦੇ, ਜੋ ਸਾਨੂੰ ਅੰਦਰੋਂ ਅੰਦਰੀ ਇਹ ਖਾ ਜਾਂਦਾ ਹੈ। ਜਦੋਂ ਸਾਡੇ ਅੰਦਰ ਇਹ ਹਉਮੈ ਦਾ ਹੰਕਾਰ, ਮੈਂ ਦਾ ਹੰਕਾਰ ਆ ਜਾਂਦਾ ਹੈ, ਆਦਿ ਆਪਣੀ ਜਦੋਂ ਅਸੀਂ ਦਾਤੇ ਸਮਝਣ ਲੱਗਦੇ ਹਾਂ, ਤਾਂ ਸਾਡੇ ਘਰ ਦੇ ਵਿੱਚ ਕਲੇਸ਼, ਚਿੰਤਾ, ਰੋਗ ਆਉਣੇ ਸ਼ੁਰੂ ਹੋ ਜਾਂਦੇ। ਕਾਰਨ ਕੀ ਹੈ? ਅਸੀਂ ਆਪਣੇ ਆਪ ਨੂੰ ਉੱਚਾ ਸਮਝਦੇ ਹਾਂ, ਅਤੇ ਜਦੋਂ ਅਸੀਂ ਆਪਣੇ ਆਪ ਨੂੰ ਉੱਚਾ ਸਮਝਦੇ ਹਾਂ, ਤਦ ਅਸੀਂ ਉਸ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ, ਉਸ ਸ੍ਰਿਸ਼ਟੀ ਦੇ ਸਿਰਜਣ ਵਾਲੇ ਪਿਤਾ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਉਸ ਤੋਂ ਵੀ ਉੱਪਰਨਾ ਸਮਝਣਾ ਸ਼ੁਰੂ ਕਰਦੇ ਹਾਂ ਕਿ ਅਸੀਂ ਉਸ ਤੋਂ ਵੀ ਉੱਪਰ ਹਾਂ ਅਤੇ ਅਸੀਂ ਉਸ ਤੋਂ ਵੀ ਉੱਤਮ ਹਾਂ, ਜਿਸ ਦੀ ਵਜ੍ਹਾ ਦੇ ਕਰਕੇ ਸਾਡੇ ਅੰਦਰ ਇੱਕ ਬਿਮਾਰੀ ਪਨਪਣੀ ਸ਼ੁਰੂ ਹੋ ਜਾਂਦੀ ਹੈ। ਸੋ ਦੋਸਤੋ, ਜਿਹੜਾ ਤੁਸੀਂ ਦਾਨ ਕੀਤਾ ਹੈ, ਜਾਂ ਮੈਂ ਦਾਨ ਕੀਤਾ, ਜਾਂ ਕਿਸੇ ਹੋਰ ਨੇ ਦਾਨ ਕੀਤਾ ਹੈ, ਇਹ ਦਾਨ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋਇਆ ਹੁੰਦਾ ਹੈ, ਇਹ ਭਲਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋਇਆ ਹੁੰਦਾ ਹੈ। ਜਿਹੜਾ ਵੀ ਦਾਨ ਕੋਈ ਵੀ ਇਨਸਾਨ ਕਰਦਾ ਹੈ, ਉਹ ਆਪਣੀ ਮਰਜ਼ੀ ਨਾਲ ਨਹੀਂ ਕਰਦਾ। ਆਪਣੀ ਮਰਜ਼ੀ ਨਾਲ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਦਿੰਦੇ। ਜੋ ਵੀ ਅਸੀਂ ਕਰਮ ਕਰਦੇ ਹਾਂ, ਜੋ ਵੀ ਅਸੀਂ ਦਾਨ ਦਿੰਦੇ ਹਾਂ, ਜੋ ਵੀ ਅਸੀਂ ਪੁੰਨ ਕਰਦੇ ਹਾਂ, ਉਹ ਪਰਮ ਪਿਤਾ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਕਰਦੇ ਹਾਂ ਅਤੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਕਰਦੇ ਹਾਂ। ਸਾਡੇ ਦੇ ਦਾਨ ਦਾ ਜੋ ਮਹੱਤਵ ਹੈ, ਕਿਸੇ ਜ਼ਰੂਰਤਮੰਦ ਦੀ ਜੋ ਮਦਦ ਅਸੀਂ ਕਰ ਰਹੇ ਹੁੰਦੇ ਹਾਂ, ਉਹ ਅਸੀਂ ਨਹੀਂ ਕਰ ਰਹੇ ਹੁੰਦੇ, ਉਹ ਪਰਮਾਤਮਾ ਕਰਵਾ ਰਿਹਾ ਹੁੰਦਾ ਹੈ। ਕੀ ਪਤਾ ਉਸ ਜ਼ਰੂਰਤਮੰਦ ਇਨਸਾਨ ਨੇ ਆਪਣੀ ਇਸ ਮਦਦ ਪਾਉਣ ਦੇ ਲਈ ਪਰਮਾਤਮਾ ਅੱਗੇ ਕਿੰਨੇ ਹਾੜੇ ਕੱਢੇ ਹੋਣਗੇ, ਕਿੰਨੀਆਂ ਅਰਦਾਸਾਂ ਕੀਤੀਆਂ ਹੋਣਗੀਆਂ, ਕਿਤੇ ਜਾ ਕੇ ਪਰਮਾਤਮਾ ਨੇ ਉਸ ਨੂੰ
ਉਸ ਦੀ ਅਰਦਾਸ ਸੁਣੀ ਹੁੰਦੀ ਹੈ। ਇਹ ਜਦੋਂ ਪਰਮਾਤਮਾ ਉਸਦੀ ਅਰਦਾਸ ਸੁਣਦਾ ਹੈ ਤਾਂ ਸਾਨੂੰ ਉਸ ਦਾ ਜ਼ਰੀਆ ਬਣਾ ਕੇ ਭੇਜਦਾ ਹੈ ਦਾਨ ਦੇਣ ਦੇ ਲਈ। ਅਸੀਂ ਦਾਤੇ ਨਹੀਂ ਹੁੰਦੇ ਹਾਂ, ਅਸੀਂ ਜ਼ਰੀਆ ਹੁੰਦੇ ਹਾਂ, ਪਰਮਾਤਮਾ ਦਾ ਬਣਾਇਆ ਹੋਇਆ ਜ਼ਰੀਆ, ਕਿਉਂਕਿ ਪਰਮਾਤਮਾ ਸਿੱਧੇ ਰੂਪ ਵਿੱਚ ਨਹੀਂ ਆਉਂਦਾ। ਸਿਆਣੇ ਦੀ ਕਹਾਵਤ ਹੈ, ਪਰਮਾਤਮਾ ਜਦੋਂ ਵੀ ਆਉਂਦਾ ਹੈ ਪਿਛਲੇ ਦਰਵਾਜ਼ੇ ਰਾਹੀਂ ਆਉਂਦਾ ਹੈ। ਘਰ ਦੇ ਹਾਲਾਤ ਜਦੋਂ ਵੀ ਬਦਲਦੇ ਹਨ ਪਿਛਲੇ ਦਰਵਾਜ਼ੇ ਰਾਹੀਂ ਹੀ ਬਦਲਦੇ ਹਨ, ਪਰਮਾਤਮਾ ਸਾਹਮਣੇ ਤੋਂ ਕਦੇ ਵੀ ਹਾਲਾਤ ਨਹੀਂ ਬਦਲਦਾ। ਕਹਿਣ ਤੋਂ ਭਾਵ ਪਰਮਾਤਮਾ ਦਾ ਜੋ ਮਾਰਗ ਹੈ, ਪਰਮਾਤਮਾ ਦਾ ਜੋ ਕਰਮ ਹੈ, ਪਰਮਾਤਮਾ ਦਾ ਜੋ ਤਰੀਕਾ ਹੈ ਕਿਸੇ ਜ਼ਿੰਦਗੀ ਨੂੰ ਬਦਲਣ ਦਾ, ਉਹ ਬਿਲਕੁਲ ਅਲੱਗ ਹੈ। ਜੇ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਇਹ ਦਾਨ ਮੈਂ ਕੀਤਾ, ਇਹ ਭਲਾ ਮੈਂ ਕੀਤਾ, ਮੈਂ ਕਿਸੇ ਜ਼ਿੰਦਗੀ ਸਵਾਰੀ, ਤਾਂ ਅਸੀਂ ਪਾਪੀ ਹਾਂ, ਅਸੀਂ ਗੁਨਾਹ ਹਾਂ, ਅਸੀਂ ਆਪਣਾ ਕੀਤਾ ਹੋਇਆ ਭਲਾ ਮਿੱਟੀ ਦੇ ਭਾ ਕੌਡੀਆਂ ਦੇ ਭਾ ਵਿਅਰਥ ਕਰ ਦਿੱਤਾ ਹੈ। ਸੋ ਕਦੇ ਵੀ ਇਹ ਨਾ ਕਹੋ ਵੀ ਮੈਂ ਇਹ ਦਾਨ ਕੀਤਾ ਹੈ, ਮੈਂ ਇਹ ਭਲਾ ਕੀਤਾ, ਮੈਂ ਪੁੰਨ ਕੀਤਾ ਹੈ। ਸੋ ਤੂੰ ਇਹ ਭਲਾ ਕਰੋ, ਇਹ ਅਰਦਾਸ ਕਰੋ, ਇਹ ਸ਼ੁਕਰ ਕਰੋ, ਹੇ ਪਰਮਾਤਮਾ, ਹੇ ਨਿਰੰਕਾਰ, ਹੇ ਅਕਾਲ ਪੁਰਖ, ਇਹ ਜੋ ਦਾਨ ਅੱਜ ਮੈਂ ਕੀਤਾ ਹੈ, ਇਹ ਮੈਂ ਨਹੀਂ ਕੀਤਾ, ਇਹ ਤੇਰੀਆਂ ਦਾਤਾਂ ਦੇ ਵਿੱਚੋਂ ਮੈਂ ਇੱਕ ਦਾਤ ਕਿਸੇ ਜ਼ਰੂਰਤਮੰਦ ਨੂੰ ਦੇ ਦਿੱਤੀ ਹੈ। ਤੇਰੇ ਹੁਕਮ ਦੇ ਵਿੱਚ ਤੂੰ ਮੈਨੂੰ ਇੰਨਾ ਕਾਬਲ ਬਣਾਇਆ ਹੈ ਕਿ ਮੈਂ ਕਿਸੇ ਦਾ ਭਲਾ ਕਰ ਸਕਾਂ। ਇਹ ਭਲਾ ਮੈਂ ਨਹੀਂ ਕੀਤਾ, ਤੂੰ ਮੇਰੇ ਤੋਂ ਕਰਵਾਇਆ, ਤੂੰ ਮੈਨੂੰ ਜ਼ਰੀਆ ਬਣਾਇਆ ਹੈ, ਅਤੇ ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ। ਮੈਂ ਇੰਨੇ ਜੋਗਾ ਨਹੀਂ ਹਾਂ ਕਿ ਮੈਂ ਕਿਸੇ ਦਾ ਭਲਾ ਕਰ ਸਕਾਂ, ਕਿਸੇ ਦਾ ਕੰਮ ਸਵਾਰ ਸਕਾਂ। ਕੰਮ ਸਵਾਰਨ ਵਾਲਾ ਸਿਰਫ ਤੂੰ ਹੀ ਹੈ, ਇਸ ਸੰਸਾਰ ਦਾ ਇੱਕੋ ਇੱਕ ਦਾਤਾ ਤੂੰ ਹੀ ਨਿਰੰਕਾਰ ਅਕਾਲ ਪੁਰਖ ਹੈ। ਮੈਂ ਤਾਂ ਇੱਕ ਜ਼ਰੀਆ ਹਾਂ ਕਿਸੇ ਦੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਵਿੱਚ, ਤੂੰ ਮੈਨੂੰ ਚੁਣਿਆ ਹੈ। ਮੈਂ ਵਡਭਾਗੀ ਮੰਨਦਾ ਹਾਂ ਆਪਣੇ ਆਪ ਨੂੰ, ਵੱਡੇ ਭਾਗਾਂ ਵਾਲਾ ਮੰਨਦਾ ਹਾਂ ਆਪਣੇ ਆਪ ਨੂੰ ਕਿ ਤੂੰ ਮੈਨੂੰ ਇਸ ਕਾਬਲ ਸਮਝਿਆ ਹੈ ਕਿ ਮੈਂ ਕਿਸੇ ਦੇ ਘਰ ਦੇ ਹਾਲਾਤਾਂ ਨੂੰ ਬਦਲਣ ਦੇ ਕਾਬਲ ਹੋਇਆ। ਤੇਰੀ ਰਹਿਮਤ ਤੋਂ ਬਗੈਰ ਮੈਂ ਕਦੇ ਵੀ ਇਹ ਕਰਮ ਨਾ ਕਰ ਸਕਦਾ, ਕਦੇ ਵੀ ਇਹ ਭਲਾ ਨਾ ਕਰ ਸਕਦਾ। ਤੂੰ ਮੇਰੇ ਕਿ ਚੰਗੇ ਕਰਮ ਦਾ ਭਾਗੀਦਾਰ ਹੋਣ ਦਾ ਬਲ ਬਖਸ਼ਿਆ, ਤੂੰ ਮੈਨੂੰ ਇਹ ਦਾਤ ਬਖਸ਼ੀ ਪਿਤਾ ਪਰਮੇਸ਼ਵਰ ਕਿ ਮੈਂ ਕਿਸ ਦਾ ਭਲਾ ਕਰ ਸਕਾਂ। ਮੈਂ ਦਾਤਾ ਨਹੀਂ ਹਾਂ, ਦਾਤਾ ਇੱਕ ਸਿਰਫ ਤੂੰ ਤੇ ਤੂੰ ਹੀ ਹੈ। ਸੋ ਕਦੇ ਵੀ ਦਾਨ ਕਰਨ ਲੱਗਿਆ ਆਪਣੀ ਨਜ਼ਰ ਜ਼ਰੂਰਤਮੰਦ ਦੇ ਅੱਖਾਂ ਵਿੱਚ ਨਾ ਮਿਲਾਉਣਾ, ਉਸਨੂੰ ਇਹ ਮਹਿਸੂਸ ਨਾ ਕਰਾਉਣਾ ਕਿ ਉਹ ਜ਼ਰੂਰਤਮੰਦ ਦੇ ਤੁਸੀਂ ਦਾਨੀ ਹੋ, ਤੁਸੀਂ ਦਾਤੇ ਹੋ, ਤੁਸੀਂ ਕਦੇ ਦਾਤੇ ਨਹੀਂ ਹੋ। ਆਪਣੇ ਆਪ ਦੇ ਮਨ ਨੂੰ ਇੰਨਾ ਨਿਮਰ ਅਤੇ ਨੀਵਾ ਰੱਖਣਾ, ਜੋ ਜ਼ਰੂਰਤਮੰਦ ਹੈ ਉਸਨੂੰ ਕਦੇ ਵੀ ਮਹਿਸੂਸ ਨਾ ਹੋਵੇ ਕਿ ਉਹ ਨੀਵਾ ਹੈ। ਸੋ ਆਪਣੇ ਆਪ ਨੂੰ ਜਦੋਂ ਤੁਸੀਂ ਦਾਨ ਕਰਦੇ ਹੋ, ਕਿਸੇ ਦਾ ਭਲਾ ਕਰਦੇ ਹੋ, ਇਹੀ ਮਨ ਦੇ ਵਿੱਚ ਖਿਆਲ ਰੱਖਣਾ ਕਿ ਮੈਂ ਦਾਤਾ ਨਹੀਂ ਹਾਂ, ਦਾਤਾ ਤਾਂ ਕੋਈ ਹੋਰ ਹੈ, ਕੋਈ ਪਰਮੇਸ਼ਵਰ, ਉਹ ਪਿਤਾ ਪਰਮੇਸ਼ਵਰ ਜਿਸਨੇ ਇਸ ਸੰਸਾਰ ਨੂੰ ਰਚਿਆ, ਦਾਤਾ ਉਹ ਹੈ। ਮੈਂ ਤਾਂ ਇੱਕ ਸਿਰਫ ਜ਼ਰੀਆ ਹਾਂ, ਇਹ ਜ਼ਰੀਆ ਬਣਾਉਣ ਦੇ ਲਈ ਇਸ ਜ਼ਰੀਏ ਦੇ ਵਿੱਚ ਮੈਨੂੰ ਪਿਤਾ ਪਰਮੇਸ਼ਵਰ ਨੇ ਸ਼ਾਮਿਲ ਕੀਤਾ ਹੈ, ਅਤੇ ਮੈਂ ਉਸਦਾ ਸ਼ੁਕਰ ਕਰਦਾ ਹਾਂ। ਦਾਨ ਦੇਣ ਲੱਗਿਆ ਜ਼ਰੂਰਤਮੰਦ ਨੂੰ ਕਦੇ ਵੀ ਹੀਨ ਭਾਵਤਾ ਨਾਲ ਨਹੀਂ ਦੇਖਣਾ, ਦਾਨ ਦੇਣ ਲੱਗਿਆ ਕਿਸੇ ਵੀ ਜ਼ਰੂਰਤਮੰਦ ਨੂੰ ਨੀਵਾਂ ਨਹੀਂ ਸਮਝਣਾ। ਕੀ ਪਤਾ ਕੱਲ੍ਹ ਨੂੰ ਉਹੀ ਜ਼ਰੂਰਤਮੰਦ ਸਾਡੇ ਕਿਸੇ ਹੋਰ ਕੰਮ ਆਵੇ, ਉਹ ਸਾਡੇ ਕੀਤੇ ਦਾਨ ਦਾ ਮੁੱਲ ਬਹੁਤ ਗੁਣਾ ਕਰਕੇ, ਹਜ਼ਾਰਾਂ ਗੁਣਾ ਕਰਕੇ ਮੋੜੇ। ਸੋ ਵਕਤ ਦਾ ਹੱਲ ਹੋਣਾ ਬਹੁਤ ਹੀ ਮਜ਼ਬੂਤ ਹੁੰਦਾ, ਇਹ ਜਦੋਂ ਵੀ ਬਦਲਦਾ ਵੱਡਿਆਂ ਵੱਡਿਆਂ ਦੇ ਹਾਲਾਤ ਬਦਲ ਦਿੰਦਾ। ਸੋ ਆਪਣੀ ਮੈਂ ਦੇ ਵਿੱਚੋਂ, ਆਪਣੇ ਹੰਕਾਰ ਤੋਂ ਉੱਪਰ ਉੱਠ ਕੇ ਹੀ ਆਪਣੇ ਆਪ ਨੂੰ ਨਿਮਾਣੇ ਸੇਵਕ ਸਮਝਣਾ, ਦਾਤੇ ਨਹੀਂ ਸਮਝਣਾ। ਦਾਤਾ ਇਸ ਸੰਸਾਰ ਦਾ ਇੱਕੋ ਹੈ, ਉਹ ਹੈ ਨਿਰੰਕਾਰ ਅਕਾਲ ਪੁਰਖ, ਜਿਸ ਦੇ ਰਜ਼ਾ ਦੇ ਵਿੱਚ, ਜਿਸ ਦੇ ਹੁਕਮ ਦੇ ਵਿੱਚ ਕੁੱਲ ਕਾਇਨਾਤ, ਕੁੱਲ ਬ੍ਰਹਿਮੰਡ ਚੱਲ ਰਿਹਾ ਹੈ। ਸੋ ਆਪਣੇ ਆਪ ਨੂੰ
ਸਦਾ ਹੀ ਨਿਮਰ ਤੇ ਨਿਮਾਣੇ ਸਮਝਣਾ, ਮਨ ਨਿਮਾ ਰੱਖਣਾ, ਮਤ ਉੱਚੀ ਰੱਖਣੀ, ਬਸ ਇਹੀ ਤੁਹਾਡੇ ਮਨ ਦੀ ਅਵਸਥਾ ਹੋਣੀ ਚਾਹੀਦੀ ਹੈ। ਤੁਸੀਂ ਇਹੀ ਸੋਚਣਾ ਹੈ ਕਿ ਇਹ ਮੈਂ ਨਹੀਂ ਹਾਂ, ਜੋ ਵੀ ਹੈ ਉਹ ਪਰਮਾਤਮਾ ਹੈ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੈ। ਸੋ ਮੈਨੂੰ ਆਸ ਹੈ ਤੁਹਾਨੂੰ ਅੱਜ ਦਾ ਇਹ ਵਿਸ਼ਾ ਸਮਝ ਆਇਆ ਹੋਵੇਗਾ, ਚੰਗਾ ਲੱਗਿਆ ਹੋਵੇਗਾ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਹੋਰ ਵਿਸ਼ੇ ਹੋਰ ਵੀਡੀਓ ਦੇ ਨਾਲ, ਸਾਡੇ ਨਾਲ ਬਣੇ ਰਹੋ, ਧੰਨਵਾਦ।